ਹਾਂਜੀ ਕਿੱਦਾਂ ਸਾਰੇ ਤੇ ਸਾਰਾ ਸਤਿ ਸ਼੍ਰੀ ਅਕਾਲ ਜੀ ਸਾਰੇ ਪਾਸੇ ਵੀਡੀਓ ਪਹੁੰਚਾ ਦਿਓ ਤੁਹਾਨੂੰ ਦਿਖਾਉਣਾ ਮੂਸੇ ਵਾਲੇ ਦੀ ਮੌਤ ਤੇ ਰਾਜਨੀਤੀ ਕਿੱਦਾਂ ਹੋ ਰਹੀ ਆ ਪਰ ਇਹ ਜਿਹੜਾ ਬੀ ਕਿਹਾ ਭੁੱਲਿਓ ਨਾ ਨਾ ਭੁੱਲਣ ਯੋਗ ਨਾ ਬਖਸ਼ਣ ਯੋਗ ਜੂਨ 1984 ਇਹ ਦੇਖ ਸਕਦੇ ਅੱਜ 3 ਜੂਨ ਆ 3 ਜੂਨ 1984 ਦੀ ਤੁਹਾਨੂੰ ਤਸਵੀਰ ਦਿਖਾਉਣਾ ਆ ਜੀ ਕਿਦਾਂ ਨਿਹੱਥੇ ਸਿੰਘਾਂ ਦੇ ਸਿਰਾਂ ਤੇ ਇਹਨਾਂ ਨੇ ਦੇਖ ਸਕਦੇ ਆ ਭਾਰਤੀ ਫੌਜ ਨੇ ਨਿਹੱਥੇ ਸਿੰਘਾਂ ਦੇ ਸਿਰਾਂ ਤੇ ਕਿਦਾਂ ਤਾਣੀਆਂ ਹੋਈਆਂ ਸੀ ਤੇ ਤੁਹਾਨੂੰ ਦਿਖਾਉਣਾ ਹੋਰ ਵੀ ਨਾ ਸਰਕਾਰਾਂ ਦੀਆਂ ਕਰਤੂਤਾ ਤੇ ਮੂਸੇ ਵਾਲੇ ਦੀ ਮੌਤ ਤੇ ਕਾਂਗਰਸ ਕਿੱਦਾਂ ਰਾਜਨੀਤੀ ਕਰ ਰਹੀ ਸਾਰੀਆਂ ਪਾਰਟੀਆਂ ਉਹ ਵੀ ਦਿਖਾਉਣੇ ਆ ਪਰ ਆ ਬਾਈ ਜੀ ਆ ਨਾ ਭੁੱਲ ਜਿਓ ਸਾਰੇ ਨੇਵਰ ਫੋਰਗੇਟ 84 ਭਰ ਕੇ ਪੜਿਓ ਕਿ ਹੋਇਆ ਸੀ ਸਾਡੇ ਨਾਲ ਦੇਖੋ ਨੇ ਹੱਥੇ ਸਿੰਘਾਂ ਦੇ ਸਿਰਾਂ ਤੇ ਤਾਣੀਆਂ ਇਹਨਾਂ ਨੇ ਤੇ ਅੱਜ ਦੇ ਦਿਨ ਹੀ ਭਾਰਤ ਨੂੰ ਆਜ਼ਾਦ ਕਰਨ ਦਾ ਇੱਕੋ ਹੋਇਆ ਸੀ ਉਹ ਵੀ ਤੁਹਾਨੂੰ ਦਿਖਾਉਣਾ ਜਦੋਂ ਭਾਰਤ ਆਜ਼ਾਦ ਹੋਇਆ ਬਾਈ ਜੀ ਬੰڈیا ਭਾਰਤ ਨਹੀਂ ਗਿਆ ਬੰਗਾਲ ਤੇ ਪੰਜਾਬ ਦੀ ਉਹ ਕੀਤੀ ਗਈ ਸੀਗੀ ਸਾਰਾ ਭਾਰਤ ਤਾਂ ਸਹੀ ਸਲਾਮਤ ਸੀ ਮੌਤਾਂ ਵੀ ਪੰਜਾਬੀਆਂ ਤੇ ਬੰਗਾਲੀਆਂ ਦੀਆਂ ਹੋਈਆਂ ਤੇ ਦਿਖਾਉਨੇ ਆ ਜੀ ਤੁਹਾਨੂੰ ਇਹ 3 ਜੂਨ ਅੱਜ ਦੇ ਦਿਨ ਦੀ ਤਸਵੀਰ 1984 ਦੀ ਤੁਸੀਂ ਦੇਖ ਸਕਦੇ ਆ ਤੇ ਹੁਣ ਤੁਹਾਨੂੰ ਦਿਖਾਉਨੇ ਆ ਮੂਸੇ ਵਾਲੇ ਦੀ ਮੌਤ ਤੇ ਰਾਜਨੀਤੀ ਕਿੱਦਾਂ ਹੋ ਰਹੀ ਹੈ ਤੇ ਆਪਣੇ ਯਾਰ ਜਿੰਨੇ ਲੋਕ ਆਪਣੇ ਕਮਲਿਆ ਮੈਂ ਕਹਿੰਦਾ ਕਿਥੋਂ ਲੱਭਣੇ ਜਾਣੇ ਆ ਦੇਖੋ ਆ ਕਿਹੜਾ ਚੈਨਲ ਆ ਫਾਸਟ ਵੇ ਟੀਵੀ ਯੂ ਐਸ ਏ ਇਹਨੂੰ ਮੈਂ ਚੈਲੰਜ ਕਰਦਾ 5 5000 ਡਾਲਰ ਦਾ ਸ਼ਰਿਆਮ ਚੈਲੰਜ ਕਰਦਾ ਇਹ ਨਹੀਂ ਇੱਕ ਵੀਡੀਓ ਪਾਈ ਆ ਕਹਿੰਦੇ ਉਹ ਵੀਡੀਓ ਆ ਜਿਸ ਚ ਗੋਲੀਆਂ ਮਾਰਦੇ ਆ ਮੈਂ ਕਹਿੰਦਾ ਫੇਕ ਆ ਮੇਰੇ ਨਾਲ ਗੱਲ ਕਰ ਲਵੇ 5000 ਡਾਲਰ ਦੀ ਮੇਰੇ ਨਾਲ ਸ਼ਰਤ ਲਾ ਲਵੇ ਇਹਨੇ ਕੈਪਸ਼ਨ ਵੀ ਪਾਇਆ ਵੀ ਜਿਹੜੇ ਫੇਕ ਕਹਿੰਦੇ ਉਹ ਕੁੱਤੇ ਆ ਜੋ ਵੀ ਆ ਦੇਖੋ ਇਹਨਾਂ ਦੀ ਭਾਸ਼ਾ ਦੇਖੋ ਇਹਨਾਂ ਚੈਨਲਾਂ ਦੀ ਭਾਈ ਜੀ ਜਿਹੜੇ ਸਾਡੇ ਪੰਜਾਬ ਦੇ ਲੋਕ ਆ ਭੋਲੇ ਉਹ ਇਹ ਸੋਚਦੇ ਕੋਈ ਚੈਨਲ ਕੈਨੇਡਾ ਜਾਂ ਅਮਰੀਕਾ ਤੋਂ ਚੱਲਦਾ ਵੀ ਸੱਚੇ ਹੁਣਾਇਆ ਬਾਈ ਜੀ 23000 ਮੂਰਖਾਂ ਨੇ ਸ਼ੇਅਰ ਕੀਤੀ 23000 ਮੂਰਖਾਂ ਨੇ ਮਿਲੀਆ ਨਾ ਵਿਊ 4-5 ਮਿਲੀਅਨ 50 ਲੱਖ ਲੋਕਾਂ ਨੇ ਝੂਠੀ ਵੀਡੀਓ ਦੇਖੀ ਆ ਇੱਚੋ ਗੋਲੀਆਂ ਮਾਰਦੇ ਦਿਖਾਏ ਗਏ ਆ ਕੋਈ ਸੀਨ ਪੁਰਾਣਾ ਹੀ ਆ ਇਹਨੂੰ ਮੈਂ ਚੈਲੰਜ ਕਰਦਾ ਕਿਹੜਾ ਵੀ ਟੀਵੀ ਆ 5000 ਡਾਲਰ ਮਿਲਣਾ ਸ਼ਰਤ ਲਾ ਲਾ ਫੇਕ ਆ ਤੈਨੂੰ 2 ਦਿਨ ਚ ਲੱਭ ਕੇ ਦਿਖਾ ਦੂੰ ਪਈ ਇਹ ਫੇਕ ਵੀਡੀਓ ਆ ਉਹ ਵਾਲੀ ਨਹੀਂ ਤੇ ਹੋਰ ਦਿਖਾਉਣੇ ਬਾਈ ਜੀ ਤੁਹਾਨੂੰ ਤੇ ਭੋਲਿਓ ਲੋਕੋ ਤੁਹਾਨੂੰ ਇਹ ਬੇਨਤੀ ਆ ਪਈ ਜ਼ਰੂਰੀ ਨਹੀਂ ਕੈਨੇਡਾ ਅਮਰੀਕਾ ਦੇ ਚੈਨਲ ਨੇ ਪੋਸਟ ਪਾਈ ਆ ਪਈ ਉਹ ਅਸਲੀ ਹੁਣਾਇਆ ਤੇ ਬਾਕੀ ਬਾਈ ਜੀ ਦੇਖਿਆ ਕਰੋ ਸਾਰਾ ਆਪਣਾ ਪਰਖਿਆ ਕਰੋ ਝੂਠ ਨੂੰ ਅੱਗੇ ਦੀ ਅੱਗੇ ਨਾ ਫਲਾਓ ਆਪਾਂ ਤਾਂ ਹੱਥ ਜੋੜ ਕੇ ਬੇਨਤੀ ਕਰ ਸਕਦੇ ਆ ਤੇ ਤੁਹਾਨੂੰ ਹੋਰ ਦਿਖਾਉਣੇ ਆ ਜੀ ਆ ਦੇਖੋ ਆ ਜਾਓ ਗਾਂ ਚੱਲਦੇ ਆ ਕੱਲ ਭਗਵੰਤ ਮਾਨ ਗਿਆ ਬਾਈ ਮੂਸੇਪਿੰਡ ਤੇ ਉੱਥੇ ਉਹਦਾ ਵਿਰੋਧ ਹੋਇਆ ਬਾਈ ਜੀ ਵਿਰੋਧ ਕਰਨ ਵਾਲਿਆਂ ਨੂੰ ਮੈਂ ਇਹ ਬੇਨਤੀ ਕਰਦਾ ਆ ਜਿਹੜਾ ਬਾਦਲ ਜਿਹੜਾ ਕਿ ਸਿੱਧੂ ਨੂੰ ਗੈਂਗਸਟਰ ਕਹਿੰਦਾ ਸੀ ਉਹਦਾ ਤਾਂ ਤੁਹਾਡੇ ਤੋਂ ਵਿਰੋਧ ਹੋਇਆ ਨਹੀਂ ਰਾਜਨੀਤੀ ਕਿੱਦਾਂ ਹੋ ਰਹੀ ਆ ਦੇਖੋ ਯੂਥ ਕਾਂਗਰਸ ਨੇ ਪੋਸਟ ਪਾਈ ਆ ਭੀ ਭਗਵੰਤ ਮਾਨ ਜਦੋਂ ਅਫਸੋਸ ਕਰਨ ਗਿਆ ਤੇ ਮੂਸੇਵਾਲੇ ਦੇ ਡੈਡੀ ਜੀ ਤੇ ਇੱਕ ਸਪੈਸ਼ਲ ਡੀਐਸਪੀ ਲਾਇਆ ਹੋਇਆ ਸੀ ਵੀ ਖਤਰਾ ਆਇਆ ਭਗਵੰਤ ਮਾਨ ਨੂੰ ਮੂਸੇਵਾਲੇ ਦੇ ਡੈਡੀ ਜੀ ਤੋਂ ਯਾਰ ਹੱਦ ਆ ਤੁਹਾਡੀ ਐਨੇ ਗਿਰ ਗਏ ਲੋਕ ਤੁਸੀਂ ਆਪਣੀਆਂ ਵੋਟਾਂ ਦੇ ਲਈ ਉਹ ਭੁੱਲ ਗਏ ਚਲੋ ਇਹ ਤਾਂ ਇੱਕ ਮਾਂ ਦਾ ਪੁੱਤ ਗਿਆ ਜਾਂ ਉਹ ਜਿਹੜੇ ਤੁਸੀਂ ਲੱਖਾਂ 80 ਤੋਂ ਲੈ ਕੇ 92 95 ਤੱਕ ਦੁਨੀਆ ਤੋਂ ਤੋਰੇ ਆ ਉਹ ਨਹੀਂ ਤੁਹਾਨੂੰ ਚੇਤੇ ਤੇ ਮਾਰਦੇ ਆ ਤੁਸੀਂ ਗੱਲਾਂ ਭਈ ਬੇਵਸਹਾਇਆ ਇਹ ਪਿਤਾ ਜਿਹੜੀਆਂ ਬੇਵਸ ਮਾਵਾਂ ਅਜੇ ਤੱਕ ਰੋਂਦੀਆਂ ਆਪਣੇ ਪੁੱਤਰਾਂ ਦੀਆਂ ਤਸਵੀਰਾਂ ਨੂੰ ਦੇਖ ਦੇਖ ਕੇ ਬਿਆਨਤੇ ਬੁੱਚੜ ਪਾਪੀ ਨੇ ਕੇਪੀਐਸ ਗਿੱਲ ਨੇ ਕਿਹਦੀ ਸਰਕਾਰ ਸੀ ਉਦੋਂ ਉਹ ਤਾਂ ਤੁਹਾਨੂੰ ਭੁੱਲ ਗਿਆ ਬੱਲੇ ਉਹ ਤੁਹਾਡੇ ਅਖੇ ਜੀ ਭਗਵੰਤ ਮਾਨ ਨੇ ਡੀਐਸਪੀ ਲਾਇਆ ਸੀਗਾ ਸਪੈਸ਼ਲ ਮੂਸੇ ਵਾਲੇ ਦੇ ਪਿਤਾ ਤੇ ਓਏ ਸ਼ਰਮ ਕਰੋ ਥੋੜੀ ਸ਼ਰਮ ਕਰੋ ਸ਼ਰਮ ਕਰੋ ਹੁਣ ਸੰਗਰੂਰ ਦੀ ਚੋਣ ਸਾਰੇ ਜਿੱਤਣ ਨੂੰ ਫਿਰਦੇ ਆ ਕੀਦੇ ਸਿਰ ਤੇ ਇੱਕ ਬੇਵਸ ਪਿਤਾ ਦੇ ਸਿਰ ਤੇ ਆ ਦੇਖੋ ਆ ਦੇਖੋ ਭਾਈਓ ਪੰਜਾਬ ਯੂਥ ਕਾਂਗਰਸ ਦੀ ਪੋਸਟ ਪੜ੍ਹ ਲਿਓ ਤੁਸੀਂ ਵੀ ਵੀ ਸਪੈਸ਼ਲ ਡੀਐਸਪੀ ਲਾਇਆ ਸੀ ਖਤਰਾ ਭਗਵੰਤ ਮਾਨ ਨੂੰ ਉਹ ਬੱਲੇ ਉਹ ਤੁਹਾਡੇ ਤੇ ਜਿਹੜੇ ਭਗਵੰਤ ਮਾਨ ਦਾ ਵਿਰੋਧ ਕਰਦੇ ਸੀ ਫੇਰ ਉਹੀ ਗੱਲ ਆ ਜਿਹੜਾ ਬਾਦਲ ਗਿਆ ਸੀ ਢੱਡਲਾ ਇਹ ਤਾਂ ਗੈਂਗਸਟਰ ਕਹਿੰਦਾ ਸੀ ਮੂਸੇ ਵਾਲੇ ਨੂੰ ਉਦੋਂ ਤਾਂ ਤੁਹਾਤੋਂ ਵਿਰੋਧ ਹੋਇਆ ਨਹੀਂ ਮੈਂ ਯਾਰ ਹਿਸਾਬ ਲਾ ਲਿਆ ਲੋਕਾਂ ਨੂੰ ਜਿੱਧਰ ਨੂੰ ਮਰਜ਼ੀ ਕਰ ਲਓ ਇਹ ਉੱਧਰ ਨੂੰ ਹੀ ਚੱਲ ਜਾਂਦੇ ਆ ਹਾਂਜੀ ਔਖਾ ਭਰਾਵੋ ਤੁਹਾਡਾ ਹੁਣ ਤੁਹਾਨੂੰ ਦਿਖਾਉਣਾ ਬਾਈ ਜੀ ਅੱਜ ਦੇ ਦਿਨ ਖੋਰ ਕਾਰਾ ਹੋਇਆ ਸੀਗਾ ਤੇ ਡਰ ਪਤਾ ਕੀ ਹੁੰਦਾ ਡਰ ਆ ਹੁੰਦਾ ਆ ਹੁੰਦਾ ਡਰ ਬਾਈ ਜੀ ਆ ਨਿਆਣਿਆਂ ਤੋਂ 2-4 ਸਾਲ ਦੇ ਆ ਤੁਸੀਂ ਡਰੀ ਜਾਂਦਾ 56 ਇੰਚ ਦੇ ਛਾਤੀ ਵਾਲਾ ਰੱਸੀਆਂ ਲਾਈਆਂ ਆ ਦੱਸੋ ਬਾਈ ਰੱਸੀਆਂ ਲਾਉਣ ਦਾ ਕੀ ਉਹ ਡਾਰੇ ਆ ਬਾਈ ਡਰ ਨਿਆਣਿਆਂ ਤੋਂ ਡਾਰਾ ਰੱਸੀਆਂ ਲਾਈਆਂ ਆ ਦੇਖ ਲਓ ਕਿਸੇ ਧਾਰਮਿਕ ਸਥਾਨ ਤੇ ਗਿਆ ਪੁਲਿਸ ਹੋਈ ਪੁਲਿਸ ਕੋਠਿਆਂ ਤੇ ਪੁਲਿਸ ਉਧਰ ਪੁਲਿਸ ਇਧਰ ਪੁਲਿਸ ਨਿਆਣੇ ਆ ਵਿਚਾਰੇ ਨਿਆਣੇ 56 ਇੰਚ ਦੀ ਛਾਤੀ ਵਾਲੇ ਦਾ ਕੀ ਕਰ ਲੂਗੇ ਆ ਦੇਖੋ ਰੱਸੀਆਂ ਨਹੀਂ ਲਾਈਆਂ ਇਹ ਕਾਦੇ ਲਈ ਲਾਈਆਂ ਆ ਹੋਰ ਤੁਹਾਨੂੰ ਦਿਖਾਉਣਾ ਬਾਈ ਜੀ ਅੱਜ ਦੇ ਦਿਨ ਕੀ ਹੋਇਆ ਸੀਗਾ ਤੇ ਬਾਕੀ ਆਪਣੇ ਆਪਣੇ ਕੈਨੇਡਾ ਵਾਲੇ ਸਾਰੇ ਰਿਸ਼ਤੇਦਾਰਾਂ ਨੂੰ ਸੌਰੀ ਆਪਣੇ ਕੈਨੇਡਾ ਵਾਲੇ ਸਾਰੇ ਰਿਸ਼ਤੇਦਾਰਾਂ ਨੂੰ ਤੱਕ ਇੱਕ ਚੀਜ਼ ਪਹੁੰਚਾ ਦਿਓ ਪਈ ਆਪਣਾ ਕੀ ਕਹਿੰਦੇ ਹੁੰਦੇ ਆ ਸੌਰੀ ਇਧਰੋ ਬਟਨ ਹੋਰ ਦੱਬ ਹੋ ਗਿਆ ਆਪਣੇ ਕੈਨੇਡਾ ਵਾਲੇ ਰਿਸ਼ਤੇਦਾਰਾਂ ਤੱਕ ਪਹੁੰਚਾ ਦਿਓ ਬਾਈ ਜੀ ਇੱਥੇ ਟਿਮ ਹਾਟਨ ਕਿਦਾਂ ਲੁੱਟ ਰਿਆ ਲੋਕਾਂ ਨੂੰ ਅੱਜ ਦੇ ਦਿਨ ਕੀ ਹੋਇਆ ਸੀ ਅੱਜ ਦੇ ਦਿਨ ਬਾਈ ਜੀ ਭਾਰਤ ਨੂੰ ਵੰਡਿਆ ਗਿਆ ਸੀ ਦੋ ਹਿੱਸੇ ਕੀਤੇ ਗਏ ਸੀ ਭਾਰਤ ਤੇ ਪਾਕਿਸਤਾਨ ਸੌਰੀ ਤੁਹਾਨੂੰ ਦਿਖਾਉਣਾ ਆ ਦੇਖੋ 3 ਜੂਨ ਨੂੰ ਅੱਜ ਦੇ ਦਿਨ ਕੀ ਹੋਇਆ ਆ ਦੇਖੋ 456 ਜਿਹੜੀਆਂ ਸਟੇਟਾਂ ਉਹ ਫ੍ਰੀ ਸੀ ਕਿਤੇ ਵੀ ਜਾ ਸਕਦੀਆਂ ਸੀ ਹਾਂਜੀ ਰੈਫਰੈਂਡਮ ਆ ਨਾਰਥ ਆ ਐਨ ਡਬਲਯੂ ਐਫ ਪੀ ਕੀ ਇਹ ਵੀ ਤੁਹਾਨੂੰ ਦਿਖਾਉਣਾ ਰੈੱਡ ਕਲਿੱਪ ਸਾਇਰਲ ਰੈੱਡ ਕਲੈਫਿਕ ਵਕੀਲ ਸੀ ਜਿਸ ਨੇ ਲੈਂ ਬਾਈ ਭਾਰਤ ਪਾਕਿਸਤਾਨ ਦੇ ਵਿਚਕਾਰ ਉਹਨੂੰ ਕੁਝ ਨਹੀਂ ਸੀ ਪਤਾ ਕਿੱਥੇ ਹਿੰਦੂ ਰਹਿੰਦੇ ਕਿੱਥੇ ਮੁਸਲਮਾਨ ਤੇ ਕਿੱਥੇ ਸਿੱਖ ਅੱਜ ਦੇ ਦਿਨ ਇਹ ਹੋਇਆ ਸੀ ਪਾਰਟੀਸ਼ਨ ਪਲਾਨ 3 ਜੂਨ ਨੂੰ ਬ੍ਰਿਟਿਸ਼ ਨੇ ਅੱਜ ਦਿਨ ਕੀਤਾ ਸੀ ਹਾਂਜੀ ਦੇਖੋ ਪ੍ਰਵਿੰਸ ਦੋਈ ਪੰਜਾਬ ਤੇ ਬੰਗਾਲ ਦੀ ਵੰਡ ਕੀਤੀ ਗਈ ਸਾਰਾ ਦੇਸ਼ ਦੱਸੋ ਬਾਈ ਜੀ ਕੌਣ ਕਹਿੰਦੇ ਸੀ ਵੀ ਬਾਈ ਜੀ ਸਾਰੇ ਦੇਸ਼ ਨੇ ਦੁੱਖ ਪੰਜਾਬੀਆਂ ਨੇ ਦੁੱਖ ਸਿਆ 47 ਤੋਂ ਪਹਿਲਾਂ ਵੀ 47 ਬਿਲੇ ਵੀ ਤੇ ਬੰਗਾਲੀਆਂ ਨੇ ਵੀ ਆ ਦੇਖ ਸਕਦੇ ਆ ਤੇ ਤੁਹਾਨੂੰ ਦਿਖਾਉਣਾ ਬਾਈ ਜੀ 47 ਬਿਲੇ ਟੋਟੇ ਕਿਦੇ ਕੀਤੇ ਗਏ ਹਾਂਜੀ ਅੱਜ ਦੇ ਦਿਨ ਇਹ ਨਹੀਂ ਕੀਤਾ ਸੀ 3 ਜੂਨ ਨੂੰ ਪਾਰਟੀਸ਼ਨ ਪਲਾਨ 3 ਜੂਨ ਨੂੰ ਲਾਰਡ ਮਾਉਂਟ ਵੈਟਨ ਨੇ ਦਿੱਉ ਦਿੱਲੀ ਚ ਐਕਸੈਪਟਡ ਬਾਈ ਬੋਥ ਮੁਸਲਿਮ ਐਂਡ ਕਾਂਗਰਸ ਬਾਈ ਜੀ ਸਿੱਖ ਰਾਜ ਉਦੋਂ ਮਿਲ ਸਕਦਾ ਸੀ ਵੱਖਰਾ ਮੰਨ ਜੀ ਪਰ ਸਾਡੇ ਕਿਸਮਤ ਮਾੜੀ ਲਾ ਲੋ ਯਾਰ ਹਾਂਜੀ ਉਹਨਾਂ ਦੇ ਸਾਰੇ ਪੜੇ ਲਿਖੇ ਵਕੀਲ ਸੀਗੇ ਹਾਂਜੀ ਸਾਰਿਆਂ ਧਰ ਮਾ ਲੋ ਤੇ ਆਪਣੇ ਲੋ ਹੁਣ ਤੁਹਾਨੂੰ ਕੀ ਦਸੀਏ ਆ ਦੇਖੋ ਬਾਈ 47 ਚ ਕਿਹਦੇ ਟੋਟੇ ਹੋਏ ਆ ਜਿਹੜੀ ਬਾਈ ਜੀ ਲੈਂ ਨਿਆ ਇਹਨੂੰ ਰੈਡ ਕਲਿਫ ਲੈਂ ਕਹਿੰਦੇ ਆ ਸਾਇਰਲ ਰੈਡ ਕਲਿਫ ਵਕੀਲ ਸੀ ਜਿਸਨੇ ਲੈਂ ਮਾਰੀ ਸੀ ਕਿਹਦੀ ਆ ਦੇਖੋ ਕਿਹਦੇ ਟੋਟੇ ਹੋਏ ਆ ਮੇਰੇ ਸੋਹਣੇ ਪੰਜਾਬ ਦੇ ਦੇਖੋ ਕਿੱਡਾ ਸੀ ਪੰਜਾਬ ਇਹਦੇ ਟੋਟੇ ਹੋਏ ਹੋਰ ਦੱਸੋ ਬਾਈ ਜੀ ਜੁਪੀ ਐਮਪੀ ਆ ਮੋਦੀ ਦੀ ਸਟੇਟ ਕਿਸੇ ਦੇ ਟੋਟੇ ਹੋਏ ਸਾਰੇ ਦੇਸ਼ ਚ ਨਹੀਂ ਹੋਏ ਨਾ ਆ ਦੇਖੋ ਤੇ ਇਹ ਜਿੱਦਾਂ ਹైਦਰਾਬਾਦ ਇੱਕ ਰਾਜੇ ਦਾ ਰਾਜ ਸੀ ਇਹ 48 ਜੰਡੀਆ ਨੇ ਲੈ ਲਿਆ ਸੀ ਸਿੱਕਮ ਇੰਡੀਆ ਨੇ 1975 ਚ ਲਿਆ ਤੇ ਬੰਗਾਲ ਦੇ ਟੋਟੇ ਹੋਏ ਸੀ ਬਾਅਦ ਚ ਇਧਰੋਂ ਸਭ ਨੂੰ ਪਤਾ ਬੰਗਲਾਦੇਸ਼ ਬਣਿਆ ਸੀਗਾ ਇਹ ਦੇਖ ਲਓ ਬਾਈ ਜੀ 47 ਵੇਲੇ ਕੀਦੇ ਟੋਟੇ ਹੋਏ ਪੰਜਾਬ ਤੇ ਬੰਗਾਲ ਦੇ ਆਜ਼ਾਦੀ ਤੋਂ ਪਹਿਲਾਂ ਵੀ ਇਹਨਾਂ ਨੇ ਦੁੱਖ ਸਿਆ ਹਾਂਜੀ ਸ਼ਹੀਦیاں ਸਭ ਤੋਂ ਵੱਧ ਪੰਜਾਬੀਆਂ ਤੇ ਬੰਗਾਲੀਆਂ ਦੀਆਂ ਆਜ਼ਾਦੀ ਤੋਂ ਬਾਅਦ ਵੀ ਇਹਨਾਂ ਨੇ ਦੁੱਖ ਸਿਆ ਬਾਕੀ ਦੇ ਸਾਰੇ ਨਜ਼ਾਰੇ ਹੀ ਲੈਂਦੇ ਰਹੇ ਇਹਨਾਂ ਦੇ ਸਿਰ ਤੇ ਸਿੱਧੀ ਗੱਲ ਆ ਆ ਸੀ ਬਾਈ ਜੀ ਜਿਸ ਨੇ ਦੇਸ਼ ਦੀ ਵੰਡ ਕੀਤੀ ਸੀਗੀ ਸਰ ਸਾਇਰਲ ਰੈੱਡ ਕਲਿਫ ਇਹਦੇ ਨਾਂ ਤੇ ਆ ਰੈੱਡ ਕਲਿਫ ਲਾਈਨ ਕਹਿੰਦੇ ਆ ਭਾਰਤ ਪਾਕਿਸਤਾਨ ਦੀ ਬਾਰਡਰ ਲਾਈਨ ਨੂੰ ਇਹ ਆ ਜੀ ਇਹਦੇ ਨਾਂ ਤੇ ਰੱਖਿਆ ਗਿਆ ਸਰ ਸਾਇਰਲ ਰੈੱਡ ਕਲਿਫੀ ਦਾ ਨਾਂ ਆ ਤੇ ਹੋਰ ਦਿਖਾਉਣਾ ਦੋ ਤਸਵੀਰਾਂ ਤੇ ਬਾਕੀ ਬਾਈ ਆ ਦੇ ਇੰਡੀਆ ਦੇ ਅਮੀਰਾਂ ਦੀ ਲਿਸਟ ਜਾਰੀ ਹੋਈ ਆ ਬਾਈ ਤੁਹਾਨੂੰ ਇੱਕ ਚੀਜ਼ ਦਿਖਾਉਣਾ ਧਿਆਨ ਨਾਲ ਦੇਖਿਓ ਸੋਮਬਾਨੀ ਡਾਨੀ ਤੇ ਤਾਂ ਮੇਅਰ ਹੈਗੀ ਆ ਇਸ ਲਿਸਟ ਚ ਦੋ ਚਾਰ ਨਾਂ ਨਵੇਂ ਸ਼ਾਮਲ ਹੋਏ ਆ ਉਹ ਦਿਖਾਉਣਾ ਤੁਹਾਨੂੰ ਆ ਬਾਈ ਜੀ ਆ ਇੱਕ ਹੈਗਾ ਰਾਦਾ ਕਿਸ਼ਨ ਦਾਮਾਨੀ ਈਦੀ ਹੈਗੀ ਡੀਮਾਰਟ ਤੇ ਇੱਕ ਲਿਸਟ ਚ ਨਵਾਂ ਨਾਂ ਆਇਆ ਆ 14.5 ਜੀ ਦਾ ਲਿਖਿਆ ਆਧਾਰ ਪੂਨਾ ਵਾਲਾ ਸੱਚ ਸਾਈ ਸਾਈਰਸ ਪੂਨਾ ਵਾਲਾ ਆ ਦੇਖੋ ਸਾਈਰਸ ਪੂਨਾ ਵਾਲਾ ਇਹ ਬਾਈ ਜੀ ਜਿਹੜੀਆਂ ਕਰੋਨਾ ਦੇ ਟੀਕੇ ਵੇਚੇ ਗਏ ਆ ਕਰੋਨਾ ਦੇ ਟੀਕੇ ਦਾ ਸਿਰਮ ਵੇਚ ਵੇਚ ਕਈ ਭਾਰਤ ਦੇ ਅਮੀਰਾਂ ਦੀ ਲਿਸਟ 'ਚ ਆ ਗਿਆ ਆ ਦੇਖ ਸਕਦੇ ਆ ਸਾਇਰਨ ਪੂਨਾ ਵਾਲਾ ਸੋ ਮੁਕੇਸ਼ ਅੰਬਾਨੀ ਏਸ਼ੀਆ ਦਾ ਸਭ ਤੋਂ ਅਮੀਰ ਇਨਸਾਨ ਆ ਸੋ ਅਮੀਰਾਂ ਦੀ ਲਿਸਟ 'ਚ ਭਾਰਤ ਦੇ ਆ ਚ ਕਰੋਨਾ ਦੇ ਟੀਕੇ ਵੇਚ ਕੇ ਸਾਇਰਸ ਪੂਨਾ ਵਾਲਾ ਆ ਗਿਆ ਬਾਈ ਦੇਖ ਸਕਦੇ ਆ ਇਹ ਇਨਸਾਨ ਹਾਂਜੀ ਸ਼ਰਮ ਵੇਚ ਵੇਚ ਕੇ ਸੋ ਦੇਖ ਲਓ ਬਾਈ ਜੀ ਕਰੋਨਾ ਤੋਂ ਹੀ ਕਮਾਈ ਕਰ ਲਈ ਇਨਸਾਨ ਨੇ ਹੁਣ ਦਿਖਾਉਣਾ ਦੋ ਤਸਵੀਰਾਂ ਹੋਰ ਆ ਸੋ ਬਾਕੀ ਤਸਵੀਰਾਂ ਤਾਂ ਕਈ ਸੀ ਵੀਡੀਓ ਜਿਆਦਾ ਲੰਬੀ ਹੋ ਜਾਣੀ ਸ਼ਾਮ ਆਰੀ ਚ ਪੇਸ਼ ਕਰ ਦਾਂਗੇ ਆਪਣੇ ਕੈਨੇਡਾ ਵਾਲੇ ਰਿਸ਼ਤੇਦਾਰਾਂ ਨੂੰ ਆ ਗੱਲ ਜਰੂਰ ਪਚਾ ਦਿਓ ਬਾਈ ਜੀ ਜਿਹੜੀ ਟਿਮ ਹੌਟ ਨੇ ਇੱਥੇ ਹਾਂਜੀ ਇਹਨਾਂ ਦੀ ਜਿਹੜੀ ਐਪ ਆ ਇਹ ਲੋਕਾਂ ਦੀ ਪਰਮਿਸ਼ਨ ਤੋਂ ਬਿਨਾ ਡਾਟਾ ਚੋਰੀ ਕਰਦੀ ਆ ਲੋਕਾਂ ਦਾ ਹਾਂਜੀ ਸਾਰੇ ਪਾਸੇ ਮੇਰੇ ਵੀਰ ਭਰਾ ਆ ਨਿਊਜ਼ ਆਪਣੇ ਸਾਰੇ ਕੈਨੇਡਾ ਵਾਲੇ ਰਿਸ਼ਤੇਦਾਰਾਂ ਤੱਕ ਪਹੁੰਚਾ ਦਿਓ ਵੀ ਤੁਹਾਡਾ ਡਾਟਾ ਚੋਰੀ ਹੋ ਰਿਹਾ ਗੱਲ ਨਵੀਂ ਆਈ ਆ ਜੀ ਉਨੀ ਉਹ ਕੀਤੀ ਸੀ ਕੱਲ ਨਵੀਂ ਉਹ ਆਈ ਆ ਤੇ ਸਾਰਾ ਉੱਚ ਦੱਸਿਆ ਗਿਆ ਕਿਦਾਂ ਟਿਮ ਹੌਟਨ ਦੀ ਐਪ ਜਿਹੜੇ ਲੋਕ ਵਰਤਦੇ ਆ ਵਿਦਆਊਟ ਐਡਿਕੁਏਟ ਕੌਨਸੈਂਟ ਤੁਹਾਡੇ ਕੌਨਸੈਂਟ ਤੋਂ ਬਿਨਾ ਤੁਹਾਡਾ ਡਾਟਾ ਚੋਰੀ ਹੋ ਰਿਹਾ ਆ ਤੁਹਾਡੇ ਮੋਰੇ ਜਿਹੜੀਆਂ ਐਡਾਂ ਆਉਂਦੀਆਂ ਤੁਸੀਂ ਕਈ ਵਾਰੀ ਸੋਚਦੇ ਮੈਂ ਆਹ ਫੋਨ ਲੈਣਾ ਮੈਂ ਆਹ ਕੱਪੜੇ ਲੈਣੇ ਉਹ ਆਟੋਮੈਟਿਕ ਐਡਾਂ ਐਵੇਂ ਨਹੀਂ ਆ ਜਾਂਦੀਆਂ ਇਹ ਤੁਹਾਡਾ ਡਾਟਾ ਵੇਚਦੀਆਂ ਕੰਪਨੀਆਂ ਲੋਕਾਂ ਕੰਪਨੀਆਂ ਨੂੰ ਸੋ ਸਾਰੇ ਆਪਣੇ ਟਿਮ ਹੌਟ ਜਿਹੜੇ ਕੈਨੇਡਾ ਚ ਵੀਰ ਭਰਾ ਪੈਣਾ ਉਹਨਾਂ ਤੱਕ ਪਹੁੰਚਾ ਦਿਓ ਵੀ ਟਿਮ ਹੌਟਨ ਦੀ ਐਪ ਤੁਹਾਡਾ ਡਾਟਾ ਚੋਰੀ ਕਰ ਰਹੀ ਆ ਹਾਂਜੀ ਤੇ ਜਾਂਦੇ ਜਾਂਦੇ ਬਾਈ ਜੀ ਸਾਰਿਆਂ ਨੂੰ ਇੱਕੋ ਹੀ ਰਿਕੁਐਸਟ ਹੈ ਭਰਾਵੋ ਏ ਆਪਣੇ سپورਟ ਕਰੋ ਬਾਈ ਜੀ ਹਾਂਜੀ ਤੇ ਬਾਕੀ ਉਹ ਜਿਹੜਾ ਫਾਸਟ ਵੇ ਉਹਨੂੰ ਸ਼ਰਿਆਮ ਚੈਲੰਜ ਆ 5000 ਡਾਲਰ ਦੀ ਸ਼ਰਤ ਆ ਤੇ ਮੂਰਖ ਲੋਕੋ ਇਦਾਂ ਦੀਆਂ ਵੀਡੀਓ ਨਾ ਸ਼ੇਅਰ ਕਰਿਆ ਕਰੋ ਰਿਕੁਐਸਟ ਆ ਜੀ ਕਲਿੱਕ ਕਰ ਦਿਆ ਕਰੋ ਆਪਣੀ سپورਟ ਕਰੋ 200 ਸ਼ੇਅਰ ਹੀ ਹੋਏ ਚਲੋ ਮਰਜੀ ਆ ਤੁਹਾਡੀ ਸੋ ਬਾਈ ਜੀ ਕਈ ਦਿਨ ਹੋ ਗਿਆ ਕਲਿੱਕ ਦਾ ਵੀ ਨਹੀਂ ਕਿਹਾ ਸੋ ਇਦਾਂ ਮੈਂ ਲਿੰਕ ਪਾ ਦੇਣਾ ਤੇ ਆਪਣੀ ਐਡ ਖੁੱਲ ਜਾਨੀ ਹੈ ਜੀ ਇੰਦੀ ਰੇਡੀਓ ਦੀ ਹਾਂਜੀ ਤੇ ਆਪਾਂ ਨੂੰ ਬਾਈ ਕਿਸੇ ਬਾਬੇ ਦੀ ਐਡ ਨਹੀਂ ਕਰਦੇ ਕੋਈ ਝੜਕਾਉ ਨਿਊਜ਼ ਨਹੀਂ ਚਲਾਉਨੇ ਜੋ ਸਾਚਿਆ ਉਹੀ ਦਿਖਾਉਨੇ ਆ ਇੱਕ ਸਿਰੇ ਤੇ ਐਡ ਆਉਣੀ ਆ ਜੀ ਇੱਕ ਆਪਣੇ ਸਿਰ ਤੇ ਸਭ ਨੂੰ ਪਤਾ ਹੀ ਹੈ indi-radio.ci ਇੱਥੇ ਕਲਿੱਕ ਕਰ ਦੇਣਾ ਮੈਂ ਲਿੰਕ ਪਾ ਦਿੰਦਾ ਆ ਜੀ ਮਿਲਦੇ ਆ ਸ਼ਾਮ ਨੂੰ ਨਵੀਂ ਵੀਡੀਓ ਨਾਲ ਤੇ ਸਾਰਿਆਂ ਸੱਜਰੀ ਗਾਲ ਵੱਧੋ ਵੱਧ ਸ਼ੇਅਰ ਕਰਿਓ ਤੇ ਸਾਰਿਆਂ ਤੱਕ ਪਹੁੰਚਾਓ indi-radio.ci ਇਹ ਲਿੰਕ ਪਾ ਦਿੰਨਾ ਕਲਿੱਕ ਕਰ ਦਿਓ ਦੋਨਾਂ ਐਡਾਂ ਤੇ ਧੰਨਵਾਦ ਸ਼ੇਅਰ ਕਰ ਦਿਓ